ਖਬਰ ਪੰਜਾਬ ਦੇ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਿਆ। ਪੰਜਾਬ 'ਚ ਆਏ ਦਿਨ ਅਜਿਹੀਆਂ ਘਟਨਾਵਾਂ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਹਰਕ੍ਰਿਸ਼ਨ ਵਜੋਂ ਹੋਈ ਹੈ ਜੋ ਕਿ ਤਰਨ ਤਾਰਨ ਦੇ ਨੇੜਲੇ ਪਿੰਡ ਜਸਮਤਪੁਰ ਦਾ ਵਾਸੀ ਸੀ। ਇਲਾਕੇ ਵਾਲਿਆਂ ਨੇ ਇਲਜ਼ਾਮ ਲਗਾਏ ਨੇ ਕਿ ਨਾਨਕਸਰ ਮੁਹੱਲੇ ਵਿੱਚ ਘਰ ਘਰ ਨਸ਼ਾ ਵਿਕਦਾ ਅਤੇ ਕਈ ਲੋਕ ਮੁੰਡਿਆਂ ਨੂੰ ਬਾਹਰੋਂ ਬੁਲਾ ਕੇ ਆਪਣੇ ਘਰਾਂ 'ਚ ਨਸ਼ਾ ਕਰਵਾਉਂਦੇ ਹਨ ਅਤੇ ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਲਾਕੇ ਵਾਲਿਆਂ ਨੇ ਕਹਿਣਾ ਹੈ ਕਿ ਇਹ ਨੌਜਵਾਨ ਵੀ ਇਲਾਕੇ 'ਚ ਕਿਸੇ ਦੇ ਘਰ ਨਸ਼ਾ ਕਰਨ ਆਇਆ ਸੀ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਮ੍ਰਿਤਕ ਦਾ ਪਰਿਵਾਰ ਮੌਕੇ 'ਤੇ ਪਹੁੰਚਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਉਹਨਾਂ ਨੇ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਸ਼ਕਿਲ ਇਹ ਆ ਕਿ ਕੋਈ ਇੱਥੇ ਨਸ਼ੇ ਨੁਸ਼ੇ ਵੇਖਦੇ ਆ, ਕਰਦੇ ਆ, ਪੀਂਦੇ ਆ ਅਤੇ ਲੰਘਣਾ ਵੀ ਮੁਸ਼ਕਿਲ ਆਉਂਦਾ ਅਤੇ ਇੱਕ ਵਾਰੀ ਬੱਚੇ ਜਵਾਨ ਆ ਅਤੇ ਬੱਚਿਆਂ 'ਤੇ ਵੀ ਮਾੜਾ ਅਸਰ ਪੈਂਦਾ, ਧੀਆਂ 'ਤੇ ਵੀ ਮਾੜਾ ਅਸਰ ਪੈਂਦਾ ਅਤੇ ਬਹੁਤ ਮੰਦਾ ਹਾਲ ਹੋਇਆ ਪਿਆ ਸਾਡੇ ਮੁਹੱਲੇ ਦਾ। ਇਹਨੇ ਟੀਕਾ ਲਾਇਆ ਵਾ ਇਹਨਾਂ ਦੇ ਅੰਦਰ ਅਤੇ ਉਹ ਆਪ ਭੱਜ ਭੁੱਜ ਗਏ ਆ ਅਤੇ ਇਹ ਮੁੰਡਾ ਇਹਦੀ ਮੌਤ ਹੋ ਗਈ ਹੈ ਤੜਫ ਤੜਫ। ਪੁਲਿਸ ਕੋਲ ਇਹੋ ਮੰਗ ਕਰਦੇ ਕਿ ਇਹ ਮੁਹੱਲੇ ਦਾ ਸੁਧਾਰਨ ਹੋ ਸਕੇ ਅਤੇ ਜਿਹੜੇ ਵੇਚਦੇ ਆ, ਕਰਦੇ ਆ, ਅੰਦਰੀ ਵੜ ਵੜ ਪੀਂਦੇ ਆ, ਪਿਉਂਦੇ ਆ ਅਤੇ ਉਹਨਾਂ ਨੂੰ ਡੱਕਿਆ ਜਾਵੇ। ਮੁਸ਼ਕਿਲ ਇੱਥੇ ਜੀ ਆ, ਸਮੈਕ ਵਿਕਦੀ ਆ, ਬਥੇਰੇ ਘਰ ਵੇਚਦੇ ਆ ਲਾਗੇ ਲਾਗੇ ਸਮੈਕ, ਫਿਰ ਹੀ ਵਿਕਦੀ ਆ, ਬਾਹਰੋਂ ਆਣ ਕੇ ਪੀਂਦੇ ਇੱਥੇ। ਆ ਬਿੱਟੂ ਚੌਂਜੀ ਦਾ ਘਰ ਆ, ਇਹ ਆਣ ਕੇ ਅੰਦਰ ਵਾੜ ਲੈਂਦਾ ਬੰਦਿਆਂ ਨੂੰ, ਅੰਦਰ ਆਣ ਕੇ ਸਮੈਕ ਪੀ ਜਾਂਦੇ ਆ ਅਤੇ ਅੱਜ ਬੰਦਾ ਇੱਕ ਡੈਥ ਹੋ ਗਈ ਬੰਦੇ ਦੀ ਟੀਕਾ ਲਾ ਕੇ। ਜਮਸਤਪੁਰੇ ਦਾ ਬੰਦਾ ਸੀ ਅਤੇ ਪ੍ਰਸ਼ਾਸਨ ਨੂੰ ਕੀਤਾ ਫੋਨ ਅਤੇ ਬਾਹਰ ਮਹੱਲਿਆ ਨਾ ਕੱਢਿਆ, ਬਾਹਰ ਮਰਿਆ ਸੀ। ਮੰਗ ਇਹ ਆ ਵੀ ਇੱਥੇ ਹੋਰ ਕਿਸੇ ਦੇ ਨਾਲ ਦਾ ਮਰ ਕੇ ਅਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਇਹਨਾਂ ਨੂੰ ਫੜੋ ਅਤੇ ਇਹ ਜੇ ਤਾਂ ਕਾਰਵਾਈ ਕਰੋ। ਜਿਹੜਾ ਬੰਦਾ ਘਰੇ ਵਾੜ ਕੇ ਸਮੈਕ ਪਿਆਉਂਦੇ ਆ ਅਤੇ ਜਿਹੜਾ ਸਮੈਕ ਬਾਹਰੋਂ ਲਿਆ ਕੇ ਨਾ ਲੋਕਾਂ ਦੇ ਘਰਾਂ ਜਾਣ ਕੇ ਪੀਂਦੇ ਆ ਜਾਂ ਘਰਾਂ 'ਚ ਲਿਆ ਕੇ ਪਿਆਉਂਦੇ ਆ, ਉਹਨਾਂ 'ਤੇ ਵੀ ਕਾਰਵਾਈ ਕਰੋ। ਮੁਹੱਲੇ ਦੇ ਨਿਆਣੇ ਸਾਰੇ ਤੰਗ ਹੈ ਅਤੇ ਨਿਆਣੇ ਨਿਕਲਣੇ ਔਖੇ ਹੋਏ ਆ। ਪੁਲਿਸ ਨੂੰ ਕਿਹਦੀ ਤਲਾਹ ਦਿੱਤੀ? ਪੁਲਿਸ ਨੂੰ ਤਲਾਹ ਜਿੱਥੇ ਦੇਈ ਦੀ ਆ ਅਤੇ ਜਦੋਂ ਪੰਜਰ ਫਰਾਰ ਹੋ ਜਾਂਦੇ ਬੰਦੇ ਬਾਹਰੋਂ ਆਉਂਦੇ ਆ, ਬਾਹਰੋਂ ਲਿਆ ਕੇ ਸਮੈਕ ਵੇਚ ਜਾਂਦੇ ਆ ਅਤੇ ਉਹ ਕੋਈ ਕਹਿੰਦਾ ਸਾਡਾ ਨਹੀਂ ਬੰਦਾ, ਸਾਡਾ ਬੰਦਾ ਮੁਹੱਲੇ ਸਾਰੇ ਨੂੰ ਪਤਾ ਵਾ ਕਿਹੜੇ ਕਿਹੜੇ ਵੇਚਦੇ, ਕਿਹੜੇ ਖਾਂਦੇ ਪੀਂਦੇ ਆ ਅਤੇ ਸਿਰਫ ਲੜਨ ਝਗੜਨ ਤੋਂ ਡਰਦੇ ਆ, ਕਿਸੇ ਦਾ ਨਾਂ ਲਈਦਾ ਇਸ ਤਰ੍ਹਾਂ ਮੁੜ ਕੇ ਅਗਲੇ ਦੁਸ਼ਮਣੀ ਕੱਢਦੇ ਆ ਲੜਾਈ ਵਾਲੇ। ਹੁਣ ਇਹ ਇਨਫੋਰਮੇਸ਼ਨ ਮਿਲੀ ਆ ਹਰਕ੍ਰਿਸ਼ਨ ਮੁੰਡਾ ਵਾ ਜਮਸਤਪੁਰੇ ਦਾ ਕਿ ਇੱਥੇ ਹੈਗਾ ਕੋਈ ਬਿੱਟੂ ਚੌਂਜੀ, ਉਹ ਨਸ਼ੇ ਨੁਸ਼ੇ ਕਰਦਾ, ਉਹਦੇ ਘਰ ਕਦੇ ਆਇਆ ਸੀ, ਉੱਥੇ ਇਹਨਾਂ ਦੋਵਾਂ ਨੇ ਟੀਕਾ ਲਾਇਆ ਤਾਂ ਉਹਦੀ ਡੈਥ ਹੋ ਗਈ। ਬਿੱਟੂ ਚੌਂਜੀ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ।